लो भी दर्शकों हूँ आप नाको तो चल के ग्यो वल जा रहे हैं जिथे थानू असी दिखावे जी बुद्धिस्ट की 500 साल पुरानी मम्मी है तो उन्हों का जोड़ा एक समॉल हैम्पटन बनया हो एक टैंपल बनया हो हूँ असं उस पास जा रहे हैं तो ये उस राह का व्यू है जोड़ा तुम देख रहे हो बड़ा ही पीसफुल काम तो बहुत ही अमेजिंग व्यू है। लो गाइज़ हूँ असं पहुँच चुके हैं सुमदो। सुमदो का एक ऐसा टर्मीनल है जिते तीन नदियों का संगम है जी। तुहानू पूरा संगम दिखावांगे। ये साड़ी पूरी टीम साढ़े नाल है बाजवा साहब साडे प्रोडक्शन दे प्रोड्यूसर साहब आ साड़ियां दो आइटमां नाल आ रही नक चुंगला मारते हुए दस दे भाजी आ तुहानू संगम दिखाने जी। एक नहर इधरों आ रही है जी देखो बहुत अच्छा व्यू है बहुत अच्छी लोकेशन है। हूँ मैं तुहानू अगे लैके चलदा इधर बहुत अच्छा व्यू है देखो पहाड़ों का आ जिहड़े फ्लाईओवर ते असीं खड़े हाँ आर्मी दे अंडर है तो वैसे इत्थे रुकना फोटोग्राफी अलाउड नहीं है बट असीं विद परमिशन कर रहे हैं जो भी कर रहे हैं। आ देखो जी मैं कैमरा घुमा के दिखा रहा देखो जी संगम आ रहा नदियों का तीन नदियाँ इकट्ठिया हो रही हैं इत्थे बहुत ही अच्छा व्यू है बहुत ही अच्छी जगह है जी। जवान खड़े ने हूँ असं चलते हैं अपनी टीम को थोड़िया जी फोटो असं भी कराने फिर अगे मिलते हैं तुहानू जल्दी ही। ਸਾਡੇ ਹੁਣ ਬੰਦਿਆਂ ਨੂੰ ਲੱਗ ਗਈ ਸੀ ਭੁੱਖ ਜਲੇਬੀਆਂ ਖਾਣੀਆਂ ਤੇ ਸਮੋਸੇ ਖਾਣੇ ਨੇ ਆ ਸਾਡੇ ਵੀਰ ਨਪ੍ਰੀਤ ਸਿੰਘ ਆ ਸਾਡੇ ਪ੍ਰੋਡਿਊਸਰ ਸਾਹਿਬ ਬਾਜਵਾ ਸਾਹਿਬ ਸਾਡੀ ਗੋਜੀ ਸਾਹਿਬ ਆਏ ਹੋਏ ਤੇ ਮਲਿੰਗ ਨਾਲ ਚਾਹ ਪੀ ਰਹੇ ਜੀ ਆਰਮੀ ਕੈਫੇ ਚ ਆ ਸਾਡੇ ਨਾਲ ਇੱਕ ਅੰਬਾਲਾ ਦੇ ਆਰਮੀ ਮੈਨ ਬੈਠੇ ਨੇ ਸਰ ਤੁਹਾਡਾ ਨਾਮ ਕੀ ਹੈ ਜੀ ਰਾਮ ਆ ਵੀ ਸਾਡੇ ਅੰਬਾਲਾ ਦੇ ਨੇ जा रहे हैं बड़ी सोहनी एक लोकेशन आई है थले सतलुज का दरिया वगदा जी नाल गार्डन जा बने बहुत सोहना छड्डिया सोहनी ने नहीं कहना इधर भी सेबां दे पेड़ लगे ने मेरे ख्याल पिछे पिछे सेब नजर आ रहे ने अगे अगे कख भी नहीं सो पहाड़ां दी ब्यूटी एक अपनी थले देखो मैं हुण कहूंगा नहीं की वग रहा देखो जी साढ़े अंडर पाइप्स पैदा ने उपरों पै जी पानी वाली पानी वाली ग्यू रह गया जी सब 3 किलोमीटर जो सानू ये सरकारी पत्थर दस रहे लो जी हुण असीं बहुत ज़्यादा दूर नहीं है सानू इतों क्लीयर नज़र आ रहा है चाहे कैमरे से नहीं प्रॉपर नज़र आ रहा पर जिहड़ा अपना मोंग टैंपल सीगा या जिहड़ी मोनेस्ट्री सीगी जिथे आपां जा रहे सी ਜੀ ਉਹਦੇ ਵਿੱਚ ਹੁਣ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਹੈ ਜ਼ਿਆਦਾ ਦੂਰ ਨਹੀਂ ਹੈ ਜ਼ੂਮ ਕਰਕੇ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਿਖਾਉਣ ਦੀ ਉਹ ਦੇਖੋ ਜੀ ਤੇ ਬਹੁਤ ਹੀ ਅੱਛਾ ਨਜ਼ਾਰਾ ਹੈ ਬਹੁਤ ਵੱਡਾ ਦਰਿਆ ਵਿੱਚੋਂ ਮੁੱਕਦਾ ਹੈ ਅੱਜ ਪਾਣੀ ਦੀ ਕਮੀ ਹੈ ਇਹਨਾਂ 'ਚ ਲਓ ਜੀ ਹੁਣ ਅਸੀਂ ਗਿਓ ਵਿਲੇਜ ਪਹੁੰਚ ਚੁੱਕੇ ਹਾਂ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਜਿਹੜਾ ਇੱਥੇ ਮੇਨ ਟੈਂਪਲ ਹੈ ਜੀ ਮੌਂਕ ਦਾ ਆ ਜਿਹੜਾ ਵੀ ਬਣੇ ਹੋਏ ਇਹ ਰਸਤਾ ਹੈ ਜੀ
ਵੈਲਕਮ ਮੰਮੀ ਰੋਡ 1 ਕਿਲੋਮੀਟਰ ਆਪਾਂ 1 ਕਿਲੋਮੀਟਰ ਦੂਰ ਹਾਂ ਇੱਧਰ ਜਾਣਾ ਜੀ ਆਪਾਂ ਰਸਤਾ ਜਾਂਦਾ ਜੀ ਹੋਰ ਐਡੀ ਸ਼ਾਨਦਾਰ ਘਰ ਤੇ ਮੇਰਾ ਸੁਪਨਿਆਂ ਦਾ ਹੀ ਹੋ ਸਕਦਾ ਹੈ ਦੇਖੋ ਐਡਾ ਸੋਹਣਾ ਘਰ ਐਡੀ ਵਧੀਆ ਲੋਕੇਸ਼ਨ ਤੇ ਬਿਲਕੁਲ ਨਹੀਂ ਹੈਗਾ ਮਾਸਾ ਵੀ ਨਹੀਂ ਪੇਸ਼ੈਂਸ ਆਮ ਦੀ ਚੀਜ਼ ਹੈ ਨਹੀਂ ਆਪਣੇ ਰੱਖਣਾ ਚਾਹੀਦਾ ਬਹੁਤ ਸੋਹਣੇ ਆ ਤੁਸੀਂ ਰੱਖੋ ਥੈਂਕ ਯੂ ਭਾਜੀ ਘਰ ਇੱਥੇ ਬਹੁਤ ਥੋੜ੍ਹੇ ਬਣੇ ਨੇ ਪਰ ਬਹੁਤ ਸੋਹਣੇ ਬਣਾਏ ਕੁਛ ਕੁਛ ਘਰ ਇੱਦਾਂ ਲੱਗਦਾ ਹੀ ਨਹੀਂ ਵੀ ਇੱਥੇ ਦੇ ਹੈਗੇ ਨੇ ਇੱਦਾਂ ਲੱਗਦਾ ਜਿਵੇਂ ਪ੍ਰੋਪਰ ਕਿਸੇ ਸਿਟੀ 'ਚ ਪਲੈਨ ਕਰਕੇ ਬਣਾਏ ਹੋ ਦੇਖੋ ਇੰਨੇ ਸੋਹਣੇ ਘਰ ਤਾਂ ਸਾਨੂੰ ਕਰਨਾ ਕੁਝ ਨਹੀਂ ਟਕਰੇ ਅਸੀਂ ਟੈਂਪਲ ਵੱਲ ਨੂੰ ਜਾ ਰਹੇ ਹਾਂ ਹੋਰ 10 ਕਿਲੋਮੀਟਰ ਦਾ ਟੈਂਪਲ ਟੈਂਪਲ ਸਭ ਦੂਰ ਰਹਿ ਗਿਆ ਜੀ ਅੱਜ ਗੱਡੀ ਉਹ ਟੈਂਪਲ ਹੈ ਜੀ ਦੇਖੋ ਅਤੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹਾ ਜਿਹਾ ਜ਼ੂਮ ਕਰਕੇ ਪਰ ਵਿੱਚ ਸੇਬਾਂ ਦੇ ਬਾਗ ਆ ਗਏ ਨੇ ਜਿਹਦੇ ਕਰਕੇ ਟੈਂਪਲ ਦਾ ਤੁਸੀਂ ਪ੍ਰੋਪਰ ਨਹੀਂ ਦਿਖਾ ਪਾ ਰਹੇ ਬਟ ਤੁਸੀਂ ਉਹਨਾਂ ਦਾ ਰੋਡ ਦਾ ਵਿਊ ਰੋਡ ਦਾ ਨਜ਼ਾਰਾ ਦੇਖੋ ਕਿੰਨੇ ਸੋਹਣੇ ਪਹਾੜ ਨੇ ਵਾਓ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਹੁਣ ਇੱਕ ਹੋਰ ਟੈਂਪਲ ਹੈ ਜਾਂ ਕੀ ਹੈ ਕੋਈ ਸਮਾਰਕ ਚਿੰਨ੍ਹ ਹੈ ਇਹਨਾਂ ਦਾ ਜਿਹੜਾ ਤੁਹਾਡੇ ਸਾਹਮਣੇ ਅਸੀਂ ਰੂਬਰੂ ਕਰਾ ਰਹੇ ਹਾਂ ਬਹੁਤ ਹੀ ਸੋਹਣਾ ਬਣਾਇਆ ਜਾ ਰਿਹਾ ਜਿੱਦਾਂ ਦਾ ਬਣਾਇਆ ਜਾ ਰਿਹਾ ਢਾਬਾ ਔਰਗੈਨਿਕ ਕਿਚਨ ਹੈ ਜੀ ਵੈਲਕਮ ਉਹਨਾਂ ਨੇ ਕੀਤਾ ਸਾਡਾ ਇੱਥੇ ਅਤੇ ਆਹ ਪਹਿਲਾ ਸਟੋਪੇਜ ਹੈ ਪਰਚੀ ਲਾਗ ਰਹੀ ਹੈ ਚਲੋ ਕੋਮੰਡੇ ਭਈਆ ਕਿਆ ਹਾਲ ਹੈ ਠੀਕ ਸਰ ਠੀਕ ਹੋ ਕਿੰਨੇ ਲੋਗ ਹੈ 5 ਲੋਗ ਹੈ ਕਿੰਨੇ ਪੈਸੇ 150 ਸਰ ਦੇਖਤੇ ਹੈ ਔਰ ਕੈਮਰਾ ਫੜਿਓ ਜਰਾ ਮੈਂ ਪੈਸੇ ਦਵਾਂ ਦੋ ਸਰ ਹੋਰ ਸਰ ਬਤਾਈਏ ਕਿਆ ਹਾਲ ਹੈ ਠੀਕ ਹੈ ਸਰ ਬਰਫ ਕਾ ਪੜੇ ਕੇ ਯਹਾਂ ਪੇ ਆਪ ਤੋ ਬੋਲਤੇ ਬਹੁਤ ਪਿਆਰੇ ਨਵੰਬਰ ਮੇ ਅਗਲੇ ਮਹੀਨੇ ਪੜ ਜਾਏਗੀ ਦੇ ਲੋ ਇੱਕ ਮਿੰਟ 50 ਰੁਪਏ ਹੈਗੇ ਕਿਸੇ ਕੋਲ ਚਿੜੀਆਂ ਵੇਖੋ ਯਾਰ ਇਹਦੇ ਕੋਲ ਨੇ ਸਾਰੇ ਸਾਰੇ ਪੈਸੇ ਉਹਦੇ ਕੋਲ ਨੇ ਉਹਨੇ ਦੋ ਯਾਰ ਮੈਂ ਤੋ ਬੱਦੇ ਹੈ ਨਹੀਂ ਬੱਦੇ ਮੈਂ ਟਿਕਟ ਵੀ ਹੁਣ ਦਰਸ਼ਕਾਂ ਨੂੰ ਦਿਖਾ ਦਈਏ ਥੋੜਾ ਜਿਹਾ ਅੱਗੇ ਜਾ ਕੇ ਮੈਂ ਦਿਖਾਣਾ ਜ਼ੂਮ ਕਰਕੇ ਸਾਹਮਣੇ ਗਲੇਸ਼ੀਅਰ ਨਜ਼ਰ ਆ ਰਹੇ ਨੇ ਬਹੁਤ ਜ਼ਿਆਦਾ ਦੂਰ ਨਹੀਂ ਹੈਗੇ ਸਾਡੇ ਤੋਂ ਇਹ ਆਹ ਦੇਖੋ ਜੀ ਆਹ ਚਿੱਟੇ ਚਿੱਟੇ ਪਹਾੜ ਗਲੇਸ਼ੀਅਰ ਹੀ ਨੇ ਬਰਫ਼ ਦੇ ਅਤੇ ਦਾ ਮੌਂਕ ਟੈਂਪਲ ਜਿਹੜਾ ਆਪਣਾ ਸੀਗਾ ਉਹ ਆ ਗਿਆ ਹੈ ਜਿੱਥੇ 30 ਰੁਪਏ ਪਰ ਪਰਸਨ ਟੈਂਪਲ ਹਾਂ 30 ਰੁਪਏ ਪਰ ਪਰਸਨ ਅਤੇ ਐਂਟਰੀ ਫੀਸ ਹੈ ਜੀ ਆਹ ਦੇਖੋ ਅਸੀਂ ਕਟਾਈ ਹੈ ਆਹ ਤੁਹਾਨੂੰ ਦਿਖਾ ਦਿੰਦੇ ਹਾਂ ਵਾਓ ਵਾਟ ਆ ਬਿਊਟੀ ਆਫ ਦਿਸ ਟੈਂਪਲ ਲਓ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਉਸ ਜਗ੍ਹਾ 'ਤੇ ਜਿੱਥੇ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ 500 ਸਾਲ ਪੁਰਾਣੇ ਮੰਮੀ ਰੱਖੇ ਗਏ ਨੇ ਅਸੀਂ ਇਸ ਬਾਰੇ ਤੁਹਾਨੂੰ ਥੋੜ੍ਹੀ ਜਾਣਕਾਰੀ ਦਿੰਦੇ ਹਾਂ ਇਹਨਾਂ ਦਾ ਟੈਂਪਲ ਬਣਿਆ ਜੀ ਜਿਹਨੂੰ ਅਸੀਂ ਪਕੌੜਾ ਵੀ ਕਹਿ ਦਿੰਦੇ ਹਾਂ ਆਓ ਜੀ ਦਰਸ਼ਕੋ ਜਿਵੇਂ ਕਿ ਤੁਹਾਨੂੰ ਕਹਿ ਰਹੇ ਸੀ ਬਾਗਾਂ ਨੂੰ ਤੋੜ ਤੋੜੇ ਸੇਬ ਖਾ ਰਹੇ ਹਾਂ ਦੇਖੋ ਆਹ ਸੇਬ ਲੱਗੇ ਆ ਜੀ ਆਹ ਸਾਰਾ ਬਾਗ ਹੈ ਸੇਬਾਂ ਦਾ ਤੁਹਾਨੂੰ ਆ ਵਿੱਚ ਲਾਲ ਲਾਲ ਨਜ਼ਰ ਆ ਰਹੇ ਹਨ ਪਰ ਫਿਰ ਤੁਹਾਨੂੰ ਦਿਖਾਉਣਾ ਚਾਹਵਾਂਗੇ ਸੇਬਾਂ ਦੇ ਬਾਗ ਨੇ ਜਿੱਥੋਂ ਕਿ ਅਸੀਂ ਕਾਫੀ ਸੇਬ ਲੈ ਚੁੱਕੇ ਹਾਂ ਆਲਰੇਡੀ ਆਹ ਦੇਖੋ ਜੀ ਲਿਫਾਫਾ ਅਸੀਂ ਭਰ ਲਿਆ ਚੰਗੇ ਵਧੀਆ ਕੁਆਲਿਟੀ ਦੇ ਸੇਬ ਨੇ ਚਾਲੀ ਪੰਜਾਹ ਦੀ ਸੱਸ ਦੀ ਗੱਲ ਹੁੰਦੀ ਆ ਡੇਰੇ 'ਚ
ਕਰ ਦੇ ਸਿੱਧੇ ਸਿੱਧੀ ਕਰ ਦੇ ਬਾਬਾ ਪਹੁੰਚ ਚੁੱਕੇ ਆ ਗਿਓ ਤੋਂ ਮੰਮੀ ਦੇ ਦਰਸ਼ਨ ਕਰਕੇ ਹੁਣ ਆਪਾਂ ਰੈਸਟੋਰੈਂਟ ਆ ਗਏ ਨੇ ਹੁਣ ਆਪਾਂ ਤਾਬੇ ਪਹੁੰਚ ਗਏ ਹਾਂ ਤੇ ਬਹੁਤ ਅੱਛਾ ਵਿਊ ਹੈ ਮਤਲਬ ਇੱਕ ਛੋਟਾ ਜਿਹਾ ਵਿਲੇਜ ਹੈ ਜੰਨਤ ਦੇ ਵਿੱਚ ਚਾਰੇ ਪਾਸੇ ਉੱਚੇ ਉੱਚੇ ਪਹਾੜ ਥੱਲੇ ਵਗਦੀ ਦਰਿਆ ਇੱਥੇ ਬੱਸ ਸਟੈਂਡ ਵੀ ਹੈਗਾ ਜੀ ਇੱਥੇ ਬੱਸ ਸਟੈਂਡ ਹੈਗਾ ਇਹ ਹੋਟਲ ਹੈਗਾ ਜੀ ਮੈਂਟੋਕ ਦਰਮਾ ਟਾਬੋ ਹੀ ਲਿਖਾਇਆ ਹੈਗਾ ਹੁਣ ਸਾਨੂੰ ਨੀ ਪਤਾ ਕੀ ਲਿਖਿਆ ਪਰ ਤੁਹਾਨੂੰ ਦਿਖਾ ਦਿੰਦੇ ਆ ਬਹੁਤ ਸੋਹਣੀ ਅਲਟੀਮੇਟਮ ਚੀਜ਼ ਬਣਾਈ ਆ ਇਹ ਸਾਡਾ ਹੋਟਲ ਹੈ ਜੀ ਇੱਥੇ ਅਸੀਂ ਲੰਚ ਕਰਨ ਲਈ ਰੁਕੇ ਹਾਂ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਆਪਣੀ ਡੈਸਟੀਨੇਸ਼ਨ ਆਈ ਦੀ ਕਾਜਾ ਵਿਲੇਜ ਕਾਜਾ ਚ ਤੇ ਉਹ ਸਾਹਮਣੇ ਸਾਡੀ ਫਾਈਨਲ ਡੈਸਟੀਨੇਸ਼ਨ ਕਾਜਾ ਨਜ਼ਰ ਆ ਰਹੀ ਹੈ ਇੱਥੋਂ ਪਰਸੋਂ ਦੇ ਅਸੀਂ ਘਰੋਂ ਚੱਲੇ ਹਾਂ ਇੱਥੇ ਪਹੁੰਚੇ ਬਹੁਤ ਸੋਹਣੀ ਜਗ੍ਹਾ ਬਣਦੀ ਹੈ ਆਹ ਦੇਖੋ ਸਰ ਪਹਾੜ ਦੇਖੋ ਜੀ ਕਿੰਨੇ ਸੋਹਣੇ ਨੇ ਇੱਧਰ ਦਾ ਵਿਊ ਦਿਖਾਉਣ ਦਾ ਫਾਇਦਾ ਨਹੀਂ ਕਿਉਂਕਿ ਇੱਧਰਲੇ ਪਾਸਿਓਂ ਸੂਰਜ ਹੈਗਾ ਲਾਈਟ ਇਫੈਕਟ ਹੈ ਰਹਿੰਦੇ ਭਾਅ ਜੀ ਇਹਦੇ